ਜ਼ਿੰਦਗੀ ਦਾ ਸਫ਼ਰ ਕਿੰਨਾ ਲੰਮਾ ਹੈ ਨਾ, ਤਾਂ ਕਿਉਂ ਨਾ ਲੱਭੀ ਅਜਿਹਾ ਪਾਰਟਨਰ ਜਿਹੜਾ ਹਰ ਮੋੜ 'ਤੇ ਤੁਹਾਨੂੰ ਕਹੇ ਕਿ ਫਿਕਰ ਨਾ ਕਰ, ਮੈਂ ਹੈਗਾ ਹੈ ਨਾ। ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਰਿਸ਼ਤੇ ਹੀ ਰਿਸ਼ਤੇ ਵਿੱਚ। ਅੱਜ ਦੇ ਐਪੀਸੋਡ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝਾ ਕਰਾਂਗੀ ਕੁਝ ਰਿਸ਼ਤੇ ਜਿਹੜੇ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਕਰ ਦੇਣਗੇ। ਅੱਜ ਪਹਿਲਾ ਰਿਸ਼ਤਾ ਜਿਹੜਾ ਮੇਰੇ ਕੋਲ ਆਇਆ ਜੀ, 28 ਸਾਲਾਂ ਦੀ, 5'6" ਕੱਦ ਦੀ, ਅਨਮੈਰਿਡ, ਗੁੱਡ ਲੁਕਿੰਗ ਪੰਜਾਬੀ ਜੱਟ ਸਿੱਖ ਕੁੜੀ ਦੀ ਪ੍ਰੋਫਾਈਲ ਮੈਂ ਪੜ੍ਹ ਰਹੀ ਹਾਂ ਜੀ। ਕੈਨੇਡਾ ਦੇ ਸਿਟੀਜ਼ਨ ਨੇ, ਓਨਰਸ ਕੀਤੀ ਹੋਈ ਹੈ ਸੋਸ਼ੋਲੋਜੀ ਦੇ ਵਿੱਚ ਅਤੇ ਐਜ਼ ਅ ਗੌਰਮੈਂਟ ਇੰਪਲੋਈ ਵਜੋਂ ਇਹ ਕੰਮ ਕਰ ਰਹੇ ਨੇ। ਇੰਡੀਅਨ ਬੈਕਗਰਾਊਂਡ ਦੀ ਜੇ ਮੈਂ ਗੱਲ ਕਰਾਂ ਤਾਂ ਲੁਧਿਆਣਾ ਪੰਜਾਬ ਨਾਲ ਇਹਨਾਂ ਦਾ ਸੰਬੰਧ ਹੈਗਾ। ਇਹ ਲੱਭ ਰਹੇ ਨੇ ਆਪਣੇ ਲਈ 29 ਤੋਂ 33 ਸਾਲਾਂ ਦੇ ਵਿਚਕਾਰ ਅਨਮੈਰਿਡ ਸਿਟੀਜ਼ਨ, ਪਰਮਾਨੈਂਟ ਰੈਜ਼ੀਡੈਂਟ ਜਾਂ ਫਿਰ ਵਰਕ ਪਰਮਿਟ ਹੋਲਡਰ ਪੰਜਾਬੀ ਜੱਟ ਸਿੱਖ ਮੁੰਡੇ ਨੂੰ ਕੈਨੇਡਾ ਕੰਟਰੀ ਤੋਂ। ਨੈਕਸਟ ਪ੍ਰੋਫਾਈਲ ਆਈ ਹੈ ਜੀ, 61 ਸਾਲਾਂ ਦੇ, 5'10" ਡਾਇਵੋਰਸੀ, ਗੁੱਡ ਲੁਕਿੰਗ ਕ੍ਰਿਸਚਨ ਮੁੰਡੇ ਦੀ ਪ੍ਰੋਫਾਈਲ ਮੈਂ ਪੜ੍ਹ ਰਹੀ ਹਾਂ ਜੀ। ਕ੍ਰਿਸਚਨ ਜੈਂਟਲਮੈਨ, ਵਰਕ ਪਰਮਿਟ ਹੋਲਡਰ ਨੇ, USA ਦੇ ਵਿੱਚ ਅਤੇ ਐਜ਼ ਅ ਟੈਕਨੀਸ਼ੀਅਨ ਵਜੋਂ ਇਹ ਕੰਮ ਕਰ ਰਹੇ ਨੇ। ਬੈਕਗਰਾਊਂਡ ਫਿਜ਼ੀ ਦਾ ਇਹਨਾਂ ਦਾ ਹੈਗਾ ਹੈ। ਲੱਭ ਰਹੇ ਨੇ ਆਪਣੇ ਲਈ 47 ਤੋਂ 62 ਸਾਲਾਂ ਦੇ ਵਿਚਕਾਰ ਅਨਮੈਰਿਡ, ਵਿਡੋਵਰ, ਸੈਪਰੇਟਿਡ, ਡਾਇਵੋਰਸੀ ਸਿਟੀਜ਼ਨ ਨੂੰ PR ਜਾਂ ਫਿਰ ਵਰਕ ਪਰਮਿਟ ਹੋਲਡਰ ਹਿੰਦੂ, ਮੁਸਲਿਮ, ਕ੍ਰਿਸਚਨ ਲੇਡੀ ਦੀ ਤਲਾਸ਼ ਕਰ ਰਹੇ ਨੇ। ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ ਜਾਂ ਫਿਰ US ਕੰਟਰੀ ਤੋਂ। ਅਗਲਾ ਰਿਸ਼ਤਾ ਹੈ ਜੀ, 29 ਸਾਲਾਂ ਦੀ, 5'6", ਅਨਮੈਰਿਡ, ਗੁੱਡ ਲੁਕਿੰਗ ਜੱਟ ਸਿੱਖ ਕੁੜੀ ਦੀ ਪ੍ਰੋਫਾਈਲ ਮੈਂ ਪੜ੍ਹ ਰਹੀ ਹਾਂ ਜੀ। ਪਰਮਾਨੈਂਟ ਰੈਜ਼ੀਡੈਂਟ ਨੇ ਕੈਨੇਡਾ ਦੇ ਵਿੱਚ ਅਤੇ ਇਹਨਾਂ ਨੇ BTECH ਕੀਤੀ ਹੋਈ ਹੈ ਅਤੇ ਐਜ਼ ਅ ਮੈਨੇਜਰ ਵਜੋਂ ਇਹ ਕੰਮ ਕਰ ਰਹੇ ਨੇ। ਇੰਡੀਅਨ ਬੈਕਗਰਾਊਂਡ, ਲੁਧਿਆਣਾ ਪੰਜਾਬ ਦਾ ਇਹਨਾਂ ਦਾ ਹੈਗਾ ਹੈ। ਅਤੇ ਲੱਭ ਰਹੇ ਨੇ ਆਪਣੇ ਲਈ 27 ਤੋਂ 33 ਸਾਲਾਂ ਦੇ ਵਿਚਕਾਰ ਅਨਮੈਰਿਡ ਸਿਟੀਜ਼ਨ, ਪਰਮਾਨੈਂਟ ਰੈਜ਼ੀਡੈਂਟ ਜਾਂ ਫਿਰ ਵਰਕ ਪਰਮਿਟ ਹੋਲਡਰ ਪੰਜਾਬੀ ਜੱਟ ਸਿੱਖ ਮੁੰਡੇ ਨੂੰ, ਜਿਹੜੇ ਕਿ ਕੈਨੇਡਾ ਜਾਂ ਫਿਰ US ਦੇ ਸਿਟੀਜ਼ਨ ਹੋਣ। ਅਗਲਾ ਰਿਸ਼ਤਾ ਹੈ ਜੀ, 48 ਸਾਲਾਂ ਦੀ, 5'3", ਅਨਮੈਰਿਡ, ਗੁੱਡ ਲੁਕਿੰਗ ਅਮੈਰੀਕਨ PR ਹੋਲਡਰ, ਜੱਟ ਸਿੱਖ ਵਿਮੈਨ ਦਾ ਇਹ ਰਿਸ਼ਤਾ ਹੈ ਜੀ। ਆਪਣੇ ਵਿਆਹ ਲਈ ਪਰਫੈਕਟ ਪਾਰਟਨਰ ਦੀ ਤਲਾਸ਼ ਕਰ ਰਹੇ ਨੇ। ਫਿਲਹਾਲ ਇੱਕ ਪ੍ਰਾਈਵੇਟ ਜੋਬ ਕਰ ਰਹੇ ਨੇ। ਬੈਕਗਰਾਊਂਡ ਦੀ ਜੇ ਮੈਂ ਗੱਲ ਕਰਾਂ ਤਾਂ ਲੁਧਿਆਣਾ ਪੰਜਾਬ ਨਾਲ ਇਹਨਾਂ ਦਾ ਸੰਬੰਧ ਹੈਗਾ। ਇਹ ਲੱਭ ਰਹੇ ਨੇ ਆਪਣੇ ਲਈ 47 ਤੋਂ 53 ਸਾਲਾਂ ਦੇ ਵਿਚਕਾਰ ਅਨਮੈਰਿਡ, ਡਾਇਵੋਰਸੀ ਸਿਟੀਜ਼ ਨੂੰ, ਪਰਮਾਨੈਂਟ ਰੈਜ਼ੀਡੈਂਟ, ਜੱਟ ਸਿੱਖ ਜੈਂਟਲਮੈਨ ਦੀ ਤਲਾਸ਼ ਕਰ ਰਹੇ ਨੇ USA ਕੰਟਰੀ ਤੋਂ। ਅਗਲਾ ਰਿਸ਼ਤਾ ਹੈ ਜੀ, 27 ਸਾਲਾਂ ਦੀ, 5'10", ਅਨਮੈਰਿਡ, ਗੁੱਡ ਲੁਕਿੰਗ ਕੈਨੇਡੀਅਨ ਸਿਟੀਜ਼ਨ, ਜੱਟ ਸਿੱਖ ਕੁੜੀ ਦੀ ਪ੍ਰੋਫਾਈਲ ਮੈਂ ਪੜ੍ਹ ਰਹੀ ਹਾਂ ਜੀ। ਮਾਸਟਰਸ ਕੀਤੀ ਹੋਈ ਹੈ ਕੈਮਿਸਟਰੀ ਦੇ ਵਿੱਚ ਅਤੇ ਐਜ਼ ਅ ਰਿਸਰਚਰ ਕੰਮ ਕਰ ਰਹੇ ਨੇ। ਇੰਡੀਅਨ ਬੈਕਗਰਾਊਂਡ, ਨਿਊ ਡੈਲੀ ਦਾ ਇਹਨਾਂ ਦਾ ਹੈਗਾ। ਅਤੇ ਲੱਭ ਰਹੇ ਨੇ ਆਪਣੇ ਲਈ 26 ਤੋਂ 30 ਸਾਲਾਂ ਦੇ ਵਿਚਕਾਰ ਅਨਮੈਰਿਡ ਸਿਟੀਜ਼ਨ, ਪਰਮਾਨੈਂਟ ਰੈਜ਼ੀਡੈਂਟ, ਜੱਟ ਸਿੱਖ ਮੁੰਡੇ ਨੂੰ, ਜਿਹੜੇ ਕਿ ਕੈਨੇਡਾ ਕੰਟਰੀ ਦੇ ਸਿਟੀਜ਼ਨ ਹੋਣ। ਅਗਲਾ ਰਿਸ਼ਤਾ ਹੈ ਜੀ, 37 ਸਾਲਾਂ ਦੀ, 5'4" ਕੱਦ ਦੀ, ਅਨਮੈਰਿਡ, ਗੁੱਡ ਲੁਕਿੰਗ ਸਿੱਖ ਆਲੂ ਵਾਲੀ ਉਹ ਕੁੜੀ ਦੀ ਪ੍ਰੋਫਾਈਲ ਮੈਂ ਪੜ੍ਹ ਰਹੀ ਹਾਂ ਜੀ। ਯੂਨਾਈਟਿਡ ਸਟੇਟਸ ਦੀ ਸਿਟੀਜ਼ਨ ਹੈ ਕੁੜੀ। ਮਾਸਟਰਸ ਕੀਤੀ ਹੋਈ ਹੈ ਸਾਈਕੋਲੋਜੀ ਦੇ ਵਿੱਚ ਅਤੇ ਕੰਮ ਕਰਦੀ ਜੇ ਮੈਂ ਗੱਲ ਕਰਾਂ ਤਾਂ ਐਜ਼ ਅ ਟੀਚਰ ਇਹ ਕੰਮ ਕਰ ਰਹੇ ਨੇ। ਇੰਡੀਅਨ ਬੈਕਗਰਾਊਂਡ ਇਹਨਾਂ ਦਾ ਵੀ ਦਿੱਲੀ ਦਾ ਹੈਗਾ ਹੈ। ਅਤੇ ਲੱਭ ਰਹੇ ਨੇ ਆਪਣੇ ਲਈ 37 ਤੋਂ 45 ਸਾਲਾਂ ਦੇ ਵਿਚਕਾਰ ਅਨਮੈਰਿਡ ਸਿਟੀਜ਼ਨ, ਪਰਮਾਨੈਂਟ ਰੈਜ਼ੀਡੈਂਟ ਜਾਂ ਫਿਰ ਵਰਕ ਪਰਮਿਟ ਹੋਲਡਰ ਸਿੱਖ ਹਿੰਦੂ ਜੈਂਟਲਮੈਨ ਨੂੰ, ਜਿਹੜੇ ਕਿ ਕੈਨੇਡਾ ਜਾਂ ਫਿਰ US ਦੇ ਸਿਟੀਜ਼ਨ ਹੋਣ। ਅਗਲਾ ਰਿਸ਼ਤਾ ਹੈ ਜੀ, 38 ਸਾਲਾਂ ਦੀ, 5'6", ਅਨਮੈਰਿਡ, ਗੁੱਡ ਲੁਕਿੰਗ ਕੈਨੇਡੀਅਨ PR ਹੋਲਡਰ, ਪੰਜਾਬੀ ਜੱਟ ਸਿੱਖ ਲੇਡੀ ਦੀ ਪ੍ਰੋਫਾਈਲ ਮੈਂ ਪੜ੍ਹ ਰਹੀ ਹਾਂ ਜੀ। ਬੈਚਲਰਸ ਕੀਤੀ ਹੋਈ ਹੈ ਸਾਇੰਸ ਦੇ ਵਿੱਚ ਅਤੇ ਐਜ਼ ਅ ਮੈਨੇਜਰ ਵਜੋਂ ਇਹ ਕੰਮ ਕਰ ਰਹੇ ਨੇ। ਇੰਡੀਅਨ ਬੈਕਗਰਾਊਂਡ, ਚੰਡੀਗੜ੍ਹ, ਪੰਜਾਬ ਦਾ ਇਹਨਾਂ ਦਾ ਹੈਗਾ ਹੈ। ਇਹ ਲੱਭ ਰਹੇ ਨੇ ਆਪਣੇ ਲਈ 38 ਤੋਂ 43 ਸਾਲਾਂ ਦੇ ਵਿਚਕਾਰ ਅਨਮੈਰਿਡ ਸਿਟੀਜ਼ਨ ਨੂੰ, ਪਰਮਾਨੈਂਟ ਰੈਜ਼ੀਡੈਂਟ, ਜੱਟ ਸਿੱਖ ਜੈਂਟਲਮੈਨ ਦੀ ਤਲਾਸ਼ ਕਰ ਰਹੇ ਨੇ US ਜਾਂ ਫਿਰ ਕੈਨੇਡਾ ਕੰਟਰੀ ਤੋਂ। ਅਗਲਾ ਰਿਸ਼ਤਾ ਹੈ ਜੀ, 47 ਸਾਲਾਂ ਦੇ, 5'4", ਡਾਇਵੋਰਸੀ, ਗੁੱਡ ਲੁਕਿੰਗ ਸਿੱਖ ਸਿਟੀਜ਼ਨ ਦੀ ਪ੍ਰੋਫਾਈਲ ਮੈਂ ਪੜ੍ਹ ਰਹੀ ਹਾਂ ਜੀ। ਜੱਟ ਸਿੱਖ ਕੁੜੀ ਕੈਨੇਡਾ ਦੇ ਸਿਟੀਜ਼ਨ ਨੇ। ਮਾਸਟਰਸ ਕੀਤੀ ਹੋਈ ਹੈ ਸਪੋਰਟਸ ਫਿਜ਼ੀਓਥੈਰੇਪੀ ਦੇ ਵਿੱਚ ਅਤੇ ਐਜ਼ ਅ ਮੈਨੇਜਰ ਵਜੋਂ ਇਹ ਕੰਮ ਕਰ ਰਹੇ ਨੇ। ਇੰਡੀਅਨ ਬੈਕਗਰਾਊਂਡ, ਹੁਸ਼ਿਆਰਪੁਰ, ਪੰਜਾਬ ਨਾਲ ਸੰਬੰਧ ਰੱਖਣ ਵਾਲੇ ਨੇ। 46 ਤੋਂ 51 ਸਾਲਾਂ ਦੇ ਵਿਚਕਾਰ, ਵਿਡੋਵਰ, ਸੈਪਰੇਟਿਡ, ਡਾਇਵੋਰਸੀ ਸਿਟੀਜ਼ਨ ਨੂੰ ਲੱਭ ਰਹੇ ਨੇ, ਜਿਹੜੇ ਕਿ ਪਰਮਾਨੈਂਟ ਰੈਜ਼ੀਡੈਂਟ ਹੋਣ। ਸਿੱਖ, ਹਿੰਦੂ, ਜੈਂਟਲਮੈਨ ਲਈ ਰਿਕੁਆਇਰਮੈਂਟ ਦਿੱਤੀਆਂ ਨੇ ਅਤੇ ਕੰਟਰੀ ਲਈ ਰਿਕੁਆਇਰਮੈਂਟ ਨੇ ਕੈਨੇਡਾ ਕੰਟਰੀ ਦੀਆਂ। ਨੈਕਸਟ ਪ੍ਰੋਫਾਈਲ ਆਈ ਹੈ ਜੀ, 28
ਸਾਲਾਂ ਦੀ 5'7" ਅਨਮੈਰਿਡ ਗੁੱਡ ਲੁਕਿੰਗ ਕੈਨੇਡੀਅਨ PR ਜੱਟ ਸਿੱਖ ਕੁੜੀ ਦੀ ਪ੍ਰੋਫਾਈਲ ਮੈਂ ਪੜ੍ਹ ਰਹੀ ਹਾਂ ਜੀ। ਮਾਸਟਰਸ ਕੀਤੀ ਹੋਈ ਹੈ LPN ਦੇ ਵਿੱਚ ਅਤੇ ਐਜ਼ ਆ ਨਰਸ ਵਜੋਂ ਕੰਮ ਕਰ ਰਹੇ ਨੇ। ਬੈਕਗਰਾਊਂਡ ਦੀ ਜੇ ਮੈਂ ਗੱਲ ਕਰਾਂ ਤਾਂ ਬਟਾਲਾ ਪੰਜਾਬ ਨਾਲ ਇਹਨਾਂ ਦਾ ਸੰਬੰਧ ਹੈਗਾ। ਇਲਾਵਾ ਇਹਨੇ ਆਪਣੇ ਲਈ 28 ਤੋਂ 32 ਸਾਲਾਂ ਦੇ ਵਿਚਕਾਰ ਅਨਮੈਰਿਡ ਸਿਟੀਜ਼ਨ ਪਰਮਾਨੈਂਟ ਰੈਜ਼ੀਡੈਂਟ ਵਰਕ ਪਰਮਿਟ ਹੋਲਡਰ ਪੰਜਾਬੀ ਜੱਟ ਸਿੱਖ ਮੁੰਡੇ ਨੂੰ ਕੈਨੇਡਾ ਕੰਟਰੀ ਤੋਂ। ਅਗਲਾ ਰਿਸ਼ਤਾ ਹੈ ਜੀ 43 ਸਾਲਾਂ ਦੀ 5'4" ਇਹਨਾਂ ਦਾ ਕੱਦ ਹੈ। ਡਾਇਵੋਰਸੀ ਨੇ ਗੁੱਡ ਲੁਕਿੰਗ ਨੇ ਕੈਨੇਡੀਅਨ ਸਿਟੀਜ਼ਨ ਹਿੰਦੂ ਪੰਜਾਬੀ ਲੇਡੀ ਦੀ ਪ੍ਰੋਫਾਈਲ ਮੈਂ ਪੜ੍ਹ ਰਹੀ ਹਾਂ ਜੀ। ਇਹਨਾਂ ਨੇ MBA ਕੀਤੀ ਹੋਈ ਹੈ ਅਤੇ ਆਪਣੀ ਸਟੱਡੀ ਜਿਹੜੀ ਪਰਸਿਊ ਕਰ ਰਹੇ ਨੇ। ਇੰਡੀਅਨ ਬੈਕਗਰਾਊਂਡ ਦੀ ਜੇ ਮੈਂ ਗੱਲ ਕਰਾਂ ਤਾਂ ਨਿਊ ਦਿੱਲੀ ਨਾਲ ਇਹਨਾਂ ਦਾ ਸੰਬੰਧ ਹੈਗਾ। ਇਲਾਬਰੇ ਨੇ ਆਪਣੇ ਲਈ 40 ਤੋਂ 45 ਸਾਲਾਂ ਦੇ ਵਿਚਕਾਰ ਅਨਮੈਰਿਡ ਜਾਂ ਫਿਰ ਵਿਡੋਵਰ ਡਾਇਵੋਰਸੀ ਸਿਟੀਜ਼ਨ ਪਰਮਾਨੈਂਟ ਰੈਜ਼ੀਡੈਂਟ ਹਿੰਦੂ ਨਾਲ ਹੀ ਕਾਸਟ ਨੋਬਰ ਜੈਂਟਲਮੈਨ ਲਈ ਇਹਨਾਂ ਨੇ ਰਿਕੁਆਇਰਮੈਂਟ ਦਿੱਤੀਆਂ ਨੇ ਅਤੇ ਕੰਟਰੀ ਲਈ ਰਿਕੁਆਇਰਮੈਂਟ ਦਿੱਤੀਆਂ ਨੇ ਕੈਨੇਡਾ ਕੰਟਰੀ ਲਈ। ਤਾਂ ਦੋਸਤੋ ਅੱਜ ਦੇ ਰਿਸ਼ਤਿਆਂ ਦਾ ਸਫ਼ਰ ਇੱਥੇ ਹੀ ਆ ਕੇ ਖਤਮ ਹੁੰਦਾ ਹੈ। ਜੇਕਰ ਤੁਹਾਨੂੰ ਇਹ ਪ੍ਰੋਫਾਈਲਾਂ ਵਧੀਆ ਲੱਗੀਆਂ, ਕਿਸੇ ਵੀ ਪ੍ਰੋਫਾਈਲ ਤੱਕ ਪਹੁੰਚ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਡੇ ਕੰਟੈਕਟ ਨੰਬਰ 'ਤੇ। ਸਾਡਾ ਕੰਟੈਕਟ ਨੰਬਰ ਹੈਗਾ ਜੀ 6478888 6000, ਜਾਂ ਫਿਰ ਵਿਜ਼ਿਟ ਕਰ ਸਕਦੇ ਹੋ ਸਾਡੀ ਵੈਬਸਾਈਟ WWW.NRMB.com 'ਤੇ। ਬਹੁਤ ਬਹੁਤ ਸ਼ੁਕਰੀਆ।